ਸਤਿ ਸ਼੍ਰੀ ਅਕਾਲ ਪੰਜਾਬੀਓ। ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਪੰਜਾਬ ਦਾ ਇੱਕ ਬਹੁਤ ਵੱਡਾ ਜਿਹੜਾ ਮਸਲਾ ਆਪਾਂ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਸੁਣਦੇ ਵੀ ਆ ਰਹੇ ਹਾਂ, ਤਾਂ ਮੈਂ ਇਸ ਮਸਲੇ ਦੇ ਉੱਤੇ ਪਹਿਲਾਂ ਵੀ ਇੱਕ ਦੋ ਵਾਰੀ ਬੋਲਿਆ ਅਤੇ ਅੱਜ ਮੈਂ ਦੁਬਾਰਾ ਬੋਲਣ ਦਾ ਮੇਰਾ ਕਾਰਨ ਇਹ ਹੈਗਾ ਕਿ ਅਸੀਂ ਬਹੁਤ ਛੇਤੀ ਭੁੱਲ ਜਾਂਦੇ ਹਾਂ, ਭੁਲੱਕੜ ਜੀ ਕਿਸਮ ਦੇ ਲੋਕ ਅਸੀਂ ਬਣ ਗਏ ਹਾਂ ਕਿ ਸਾਡੇ ਖਿਲਾਫ਼ ਫਤਵੇ ਜਾਰੀ ਹੁੰਦੇ ਨੇ, ਕਿ ਸਾਡੇ ਖਿਲਾਫ਼ ਕਾਲੇ ਕਾਨੂੰਨ ਬਣਦੇ ਨੇ, ਕਿ ਸਾਡੇ 'ਤੇ ਜ਼ੁਲਮ ਹੁੰਦਾ ਹੈ, ਕਿ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ, ਤਾਂ ਅਸੀਂ ਬਹੁਤ ਛੇਤੀ ਭੁੱਲ ਜਾਂਦੇ ਹਾਂ। ਸੋ ਮੈਂ ਚਲੋ ਆਪਣਾ ਮੁੱਦੇ 'ਤੇ ਆਉਂਦੇ ਹਾਂ, ਮੈਂ ਚਾਹੁੰਦਾ ਕਿ ਇਸ ਮੇਰੀ ਗੱਲਬਾਤ ਨੂੰ ਵੱਧ ਤੋਂ ਵੱਧ ਤੁਸੀਂ ਸਾਂਝਾ ਕਰ ਦਿਓ। ਕੱਲ੍ਹ ਇੱਕ ਨਵਾਂ ਮਸਲਾ ਆਪਾਂ ਦੇਖਿਆ ਕਿ ਪੰਜਾਬ ਦੇ ਕਿਸਾਨ ਇਕੱਠੇ ਹੋ ਕੇ ਸੁਖਬੀਰ ਬਾਦਲ ਦੇ ਘਰੇ ਗਏ ਆ, ਅਤੇ ਮਸਲਾ ਹੈਗਾ ਕਿ ਜਿਹੜਾ ਆਰਡੀਨੈਂਸ ਜਿਹੜੇ ਜਾਰੀ ਹੋਏ ਨੇ ਖੇਤੀ ਨੂੰ ਲੈ ਕੇ, ਸਾਡੀਆਂ ਜਿਹੜੀਆਂ ਜਿਨਸਾਂ ਨੂੰ ਲੈ ਕੇ, ਸਾਡੀਆਂ ਫਸਲਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜਿਹੜੇ ਆਰਡੀਨੈਂਸ ਜਾਰੀ ਕੀਤੇ ਗਏ ਨੇ, ਉਹਦੇ ਸੰਬੰਧ ਦੇ ਵਿੱਚ ਕੱਲ੍ਹ ਕਿਸਾਨਾਂ ਨੇ ਵੱਡਾ ਇਕੱਠ ਕੀਤਾ। ਪੰਜਾਬ ਪੱਧਰ ਦਾ ਇਕੱਠ ਸੀਗਾ ਅਤੇ ਸੁਖਬੀਰ ਬਾਦਲ ਦੇ ਘਰੇ ਗਏ ਆ। ਉੱਥੇ ਸੁਖਬੀਰ ਬਾਦਲ ਨੇ ਗੱਲ ਕਹੀ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ, ਹਮੇਸ਼ਾ ਕਿਸਾਨਾਂ ਦੇ ਨਾਲ ਖੜੂਗੀ। ਅਤੇ ਕੋਈ ਵੀ ਕੁਰਬਾਨੀ, ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਵੀ ਕੁਰਬਾਨੀ ਜਿਹੜੀ ਉਹ ਕਰਨ ਲਈ ਤਿਆਰ ਹੈ ਜੇ MSP ਨੂੰ ਖਤਮ ਕੀਤਾ ਜਾਂਦਾ। ਸੋ ਪੰਜਾਬੀਓ, ਪੰਜਾਬ ਦੇ ਕਿਸਾਨੋਂ, ਪੰਜਾਬ ਦੇ ਨੌਜਵਾਨੋਂ, ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅਸਲ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਹੁਣ ਮੈਂ ਸਵੇਰ ਦਾ ਦੇਖ ਰਿਹਾ ਕਿ ਬੜੇ ਉਸ ਵੀਡੀਓ ਨੂੰ ਨਾ ਕੱਟ ਕੱਟ ਕੇ ਪਾਇਆ ਹੋਇਆ, ਬਹੁਤ ਜਿਹੜੇ ਬਾਦਲ ਦਲ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਕਿਹਾ ਦੇਖੋ ਜੀ ਸੁਖਬੀਰ ਤਾਂ ਬਹੁਤ ਘੈਂਟ ਬੰਦਾ, ਇਹ ਤਾਂ ਪੰਜਾਬ ਦਾ ਸ਼ੇਰ ਹੈ, ਇਹ ਤਾਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਦੇ ਸਕਦਾ। ਮੈਂ ਇਸੇ ਕਰਕੇ ਉੱਪਰ ਲਿਖਿਆ ਕਿ ਇਹ ਮੇਰੀ ਗੱਲਬਾਤ ਜਿਹੜੇ ਬਾਦਲ ਦਲ ਨਾਲ ਜੁੜੇ ਹੋਏ ਲੋਕ ਨੇ ਪੰਜਾਬ ਦੇ ਉਹ ਜ਼ਰੂਰ ਸੁਣਨ, ਜਾਂ ਉਹਨਾਂ ਤੱਕ ਇਹ ਮੇਰੀ ਗੱਲਬਾਤ ਜ਼ਰੂਰ ਪਹੁੰਚੇ। ਪਹਿਲੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਹੜੀ ਕੁਰਬਾਨੀਆਂ ਦੀ ਗੱਲ ਆਪਾਂ ਕਰਦੇ ਹਾਂ ਕਿ ਸੁਖਬੀਰ ਬਾਦਲ ਕਹਿ ਰਿਹਾ ਕਿ ਅਸੀਂ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਸੁਖਬੀਰ ਜੀ, ਤੁਹਾਡੀਆਂ ਕੁਰਬਾਨੀਆਂ ਦੀ ਤਾਂ ਪਹਿਲਾਂ ਹੀ ਲਿਸਟ ਬੜੀ ਲੰਬੀ ਹੈ, ਤੁਹਾਡਾ ਪਰਿਵਾਰ ਤਾਂ ਪਹਿਲਾਂ ਹੀ ਬਹੁਤ ਕੁਰਬਾਨੀਆਂ ਦੇ ਲਈ ਮਸ਼ਹੂਰ ਰਿਹਾ। ਉਹ ਸਮਾਂ ਯਾਦ ਕਰੋ ਜਦੋਂ ਤੁਹਾਡਾ ਬਾਪ ਕੁਰਬਾਨੀ ਦੇਣ ਲਈ ਸਭ ਤੋਂ ਅੱਗੇ ਆਇਆ ਸੀਗਾ, ਪ੍ਰਕਾਸ਼ ਬਾਦਲ, ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਕੁਰਬਾਨੀ ਦੇਣ ਦਾ ਸਮਾਂ ਸੀ ਤਾਂ ਤੁਹਾਡਾ ਬਾਪ ਪ੍ਰਕਾਸ਼ ਬਾਦਲ ਹੱਥ ਖੜ੍ਹੇ ਕਰਕੇ ਬਾਹਰ ਆ ਗਿਆ ਸੀ, ਉਹ ਵੀ ਤੁਹਾਡੀ ਕੁਰਬਾਨੀ। ਫਿਰ ਸਮੇਂ ਸਮੇਂ ਦੇ ਤੁਸੀਂ ਪੰਜਾਬ ਦੇ ਹਿੱਤ ਵੇਚੇ, ਪੰਜਾਬ ਦੇ ਹੱਕ, ਪੰਜਾਬ ਦੇ ਹਕੂਕ ਤੁਸੀਂ ਸੈਂਟਰ ਸਰਕਾਰਾਂ ਦੇ ਅੱਗੇ ਉਹਨਾਂ ਦੀ ਝੋਲੀ 'ਚ ਪਾਉਂਦੇ ਰਹੇ, ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗ ਕੇ ਤੁਸੀਂ ਪੰਜਾਬ ਦੇ ਹੱਕ ਵੇਚਦੇ ਰਹੇ, ਪੰਜਾਬ ਦੇ ਲੋਕਾਂ ਨੂੰ ਵੇਚਦੇ ਰਹੇ, ਉਹ ਵੀ ਤੁਹਾਡੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ। ਕੌਣ ਭੁੱਲੇ ਆ, ਲੋਕ ਥੋੜ੍ਹੀ ਭੁੱਲੇ ਆ। ਪਰ ਮੈਂ ਖਾਸ ਗੱਲ ਇਹ ਕਿਉਂ ਕਰਨੀ ਚਾਹੁੰਦਾ, ਬਾਦਲ ਦਲ ਨਾਲ ਜੁੜੇ ਹੋਏ ਲੋਕਾਂ ਨੂੰ ਮੈਂ ਕਿਉਂ ਕਹਿਣਾ ਚਾਹੁੰਦਾ ਕਿ ਯਾਰ ਕੀ ਤੁਸੀਂ ਪੰਜਾਬ ਨੂੰ ਪਿਆਰ ਨਹੀਂ ਕਰਦੇ, ਪੰਜਾਬੀਅਤ ਨੂੰ ਪਿਆਰ ਨਹੀਂ ਕਰਦੇ? ਕੀ ਇਹ ਪੰਜਾਬ ਤੁਹਾਡੇ ਰਹਿਣ ਲਈ ਨਹੀਂ ਆ? ਕੀ ਇਹ ਪੰਜਾਬ ਤੁਹਾਡੇ ਬੱਚਿਆਂ ਦੇ ਰਹਿਣ ਵਾਲਾ ਨਹੀਂ ਹੈਗਾ? ਕੀ ਤੁਸੀਂ ਸੋਚਦੇ ਹੋ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਐਡੇ ਵੱਡੇ ਸਾਡੇ ਖਿਲਾਫ਼ ਜਿਹੜੇ ਫਤਵੇ ਜਾਰੀ ਹੋ ਰਹੇ ਨੇ, ਸਾਡੇ ਖਿਲਾਫ਼ ਐਡੀਆਂ ਵੱਡੀਆਂ ਸਾਜ਼ਿਸ਼ਾਂ ਜਿਹੜੀਆਂ ਬੁਣੀਆਂ ਜਾ ਰਹੀਆਂ ਨੇ, ਗੁੰਦੀਆਂ ਜਾ ਰਹੀਆਂ ਨੇ, ਉਹ ਜਿਨ੍ਹਾਂ ਨੇ ਸਾਨੂੰ ਤਬਾਹ ਕਰਕੇ ਰੱਖ ਦੇਣਾ? ਹੁਣ ਤੁਹਾਡੇ ਨਾਲ ਮੈਂ ਗੱਲ 'ਤੇ ਆਉਣਾ, ਇਹ ਤਾਂ ਗੱਲ ਸੀਗੀ ਬਾਦਲਾਂ ਦੀ, ਕਿ ਬਾਦਲਾਂ ਦੀਆਂ ਆਪਾਂ ਕੁਰਬਾਨੀਆਂ ਦੀ ਗੱਲ ਕੀਤੀ, ਅਤੇ ਅੱਜ ਜਿਉਂ ਤੜਕੇ ਤੋਂ ਲੈ ਕੇ ਉਹਨਾਂ ਨੇ ਫੇਸਬੁੱਕਾਂ ਦੇ ਉੱਤੇ ਗਾਹ ਪਾ ਰੱਖਿਆ ਕਿ ਦੇਖੋ ਜੀ ਬਾਦਲ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਆ। MSP ਦੀ ਆਪਾਂ ਗੱਲ ਕਰਦਾ, ਮੈਂ ਚਾਹੁੰਦਾ ਕਿ ਮੇਰੀ ਇਹ ਗੱਲ ਹਰ ਕਿਸਾਨ ਤੱਕ, ਹਰ ਜ਼ਿਮੀਂਦਾਰ ਤੱਕ, ਹਰ ਦਲਿਤ, ਹਰ ਗਰੀਬ ਮਜ਼ਦੂਰ ਤੱਕ ਜਾਣੀ ਚਾਹੀਦੀ ਆ, ਹਰ ਦੁਕਾਨਦਾਰ ਤੱਕ ਜਾਣੀ ਚਾਹੀਦੀ ਆ, ਕਿਉਂਕਿ ਮੁੱਦਾ ਇਕੱਲੇ ਕਿਸਾਨਾਂ ਨਾਲ, ਇਕੱਲੇ ਦਿਹਾੜੀਦਾਰ ਮਜ਼ਦੂਰਾਂ ਦੇ ਨਾਲ ਨਹੀਂ ਜੁੜਿਆ ਹੋਇਆ, ਇੱਕ ਮੁੱਦਾ ਕਿਸਾਨੀ ਨਾਲ, ਮਜ਼ਦੂਰੀ ਨਾਲ, ਛੋਟੇ ਦੁਕਾਨਦਾਰਾਂ ਨਾਲ, ਹਰ ਇੱਕ ਨਾਲ ਜੁੜਿਆ ਹੋਇਆ ਮੁੱਦਾ ਹੈ। ਸੋ ਭਰਾਵੋ, ਗੱਲ ਆ ਰਹੀ ਹੈ ਕਿ MSP ਦੀ, MSP ਕਹਿੰਦੇ ਖਤਮ ਨਹੀਂ ਹੋ ਰਿਹਾ। ਮੈਂ ਤੁਹਾਨੂੰ ਇਹਦੇ ਉੱਤੇ ਪਹਿਲਾਂ ਵੀ ਇੱਕ ਵਾਰੀ ਬੋਲਿਆ ਸੀ, ਮੈਂ ਅੱਜ ਵੀ ਤੁਹਾਨੂੰ ਦੱਸ ਦਿੰਦਾ। ਆਹ ਦੇਖੋ, ਆ ਮੇਰੇ ਕੋਲ ਅਖਬਾਰ ਹੈ, ਇਹਦੀ ਖਬਰ ਹੈ ਕਿ ਖੇਤੀ ਆਰਡੀਨੈਂਸਾਂ ਬਾਰੇ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ। ਖੇਤੀ ਜਿਣਸਾਂ ਦੀ ਖੁੱਲ੍ਹੀ ਖਰੀਦੋ ਫਰੋਖਤ 'ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਠੇਕੇ 'ਤੇ ਖੇਤੀ ਕਰਾਉਣ ਦਾ ਅਮਲ ਹੋਵੇਗਾ ਸ਼ੁਰੂ। ਹੁਣ ਦੇਖੋ ਇਹ ਕੀ
कि किड्डा वड्डा साडे दे उत्ते तुसीं आने वाले समय देखोगे इहदा रिजल्ट हले नहीं पता लगना आने वाले 10 साल 15 साल सानू पता लगूगा ये किन्ना खतरनाक जिहड़ा आडियंस जारी होया सीगा 2020 दे विच उदों असीं बोले नहीं असीं इन्हां लोकां दे छलावे च आ गए जदों लोग अखां दे अखां भर के साडे नाल गल्लां करदे ने जां इन्हां नूं लोकां नूं साडे नूं लगदा हुंदा कि ये लोग साडे बहुत वड्डे हिमायती ने साडे हमदर्दी लोग ने पर असीं साडे उदों जो समां लंघण तों बाद जो असीं नुकसान करा लैंदे आ उदों बाद साडे गल्लां पल्ले पैंदियां ने मैं तुहानूं नाल गल कर लांगा कि जिहड़ी ये आर्डिनेंस खेती वाले जारी किए गए ने इहदे च की होना ध्यान नाल गल सुणियो ये अखबार लिखता कहिंदा वी कोई मार्केट फीस नहीं लई जाऊगी कोई जिहड़ा सैस वगैरह लगता वह नहीं लग्या जाऊगा कोई मतलब कि व्यापारियों तो या किसानों तो किसी प्रकार का कोई होर तरह का टैक्स जिहड़ी सरकार वह राज सरकार ने जिहड़ियां सूबा सरकार ने वह नहीं खरीद सक नहीं लै सकदियां हुण इत्थे गौर करन वाली गल ये है कि तुसीं ध्यान रखियो सरकारी मंडियां ने भी ऐं रहना है इन्होंने जिवें लिखा ना कि प्राइवेट कंपनियां वालों ठेके ते खेती कराउण दा अमल जिहड़ा शुरू हो जाना है सरकारी मंडियां ने भी ऐं रहना प्राइवेट मंडियां ने भी अपने आप ही गईआं डगरू कोले इन्होंने साइलो बना लिया बहुत वड्डा ऐतकी इन्हां ने अड़ानियां ने इत्थे कणक भी अपनी पंजाब दी खरीदी है तो उत्थे की होना तुसीं ध्यान नाल सुणियो इह गल कि जदों सरकारी मंडी दे विच तुसीं अपनी झोना जां कणक लैके जाओगे तो सरकारी मंडी दे विच तुहानूं रेट मिलना 1900 रुपया जां 1850 जां 2000 रुपया जदों तुसीं अपनी फसल नूं लैके जाओगे किसी प्राइवेट मंडी दे कोले किसी अवानियां दे किसी अडानियां दे किसी वड्डे कारपोरेट घराने दीआं जिहड़ियां इत्थे जिन्हां ने मंडियां इत्थे बना लैणियां ने थां थां ते अपणियां सैलो खोल लैणे ने उहनां कोले लैके जाओगे तो उन्होंने सूँ उस झोने का जो सरकारी रेट मिलना 1800 रुपया या 1900 रुपया उन्होंने सूँ देना 2000 रुपया 2100 रुपया तो किसान है जोड़ा वह उन्हें यह सोचना भी सरकारी मंडी के मैं अपनी फसल है जी 2000 रुपये या 1900 रुपये बेच रहा या 1800 बेच रहा तो प्राइवेट बंदा जोड़ा प्राइवेट मेरी खरीद कर रहा मैं 2100 या 2200 या 2300 रुपया दे रहा इतने असी फस जाना साड़ी आदत है क्योंकि सानू असी यह नहीं देखना होंदा कि जो सानू कोई किसी लालच दे विच फसा के एक बारी सानू कोई बुरकी सिटदा है सानू कोई चाट ते लाउंदा है तो उदों सानू ऐ नहीं दिखदा होंदा कि इहदा आउण वाले समें दे विच रिजल्ट किन्ना माड़ा होना किन्ना भयानक होना ते किवें असी फसना इस जाल दे विच इह नहीं सानू दिखना तो कुदरती गल है कि असी जिथे सानू फसल का वध रेट मिलना असी आपां अपनी फसल नू उधर नू लैके चले जाणा हुण तुसीं देखियो कि सरकारी मंडी दे विच आपां फसल बेचण जांदे आ तां आपां नूं मार्केट कमेटी दी फीस भी देनी पैंदी है आपां नूं आड़त भी कटाउणी पैंदी है आपां नूं विकास फंड दा जिहड़ा पैसा उह भी कटाउणा पैंदा प्राइवेट मंडी जावांगे आपां नूं कुछ नहीं कटाउणा पैणा तां प्राइवेट जिहड़ा बंदा इत्थे मान लो कोई मंडी इत्थे अपनी खरीद करूगा जदों उहने कोई मार्केट फीस ही नहीं देनी कोई आड़त नहीं देनी कोई चुंगी और टैक्स नहीं देना कोई विकास फंड दा टैक्स नहीं देना तां उह आपां नूं जिहड़ी फसल सरकारी मंडी दे विच आपां 1800 नूं बेचांगे उह अपनी 2000 रुपया दे के भी आपां नूं उस फसल का क्वांटल के हिसाब के नाल उह तां भी फायदे च रहूगा तो दूजे पासे जिहड़ियां आपां सरकार आपां तों उह आड़त मार्केट कमेटी की फीस ते होर जिहड़ियां विकास फंड के नाम ते पैसे कटदी है हुण इहदे च अगे की चल के होना तुसीं देखो गौर करियो जदों अपना देखिया ना कि सरकारी मंडियां दे विच अपनी फसल जाणो हट गई आपां धड़ा धड़ 100 रुपये या 200 रुपये की खातर आप जाना कि असी तो 200 रुपये क्वांटल के हिसाब नाल वध साडी फसल विक रही असी प्राइवेट मंडियां जाना शुरू कर देना प्राइवेट मंडियां ने जो अपना बिल्कुल सरकारी मंडियां वेलियां हो गई सरकार ने देखा कि 4-5 साल लंघ गए सरकारी मंडियां ना झोना विकना आउंदा ना कणक विकना आउंदी ना नरमा विकना आउंदा है तो फिर इन्होंने सरकारी मंडियां नूं खत्म कर देना FCI नूं तोड़ देना मंडी बोर्ड नूं तोड़ देना क्योंकि जदों कोई भी चीज़ नकारा हुंदी है ना कोई भी चीज़ खत्म मतलब कि जिथे आप आम तौर पर देखते हैं कि सरकारी हस्पताल क्यों खत्म होए प्राइवेट हस्पतालों ने खत्म किए सरकारी स्कूल क्यों खत्म होए प्राइवेट हस्पतालों ने खत्म किए जदों कोई भी सरकारी ताना बाणा खत्म करना हुंदा तो उहदे खिलाफ़ एक प्राइवेट उहो जिहा सिस्टम खड़ा कर लिया जाता भी जदों यह लोग सरकारी जिहड़ा ढांचा बिल्कुल तबाह हो गया तो निर्भर हो गए लोग प्राइवेट सिस्टम के उत्ते प्राइवेट मंडिया से प्राइवेट हस्पतालों च प्राइवेट स्कूलों तो उदों फिर साड़ी लुट जिहड़ी शुरू हुंदी है उहते गौर करियो किवें हुंदी है ये ऐं अपने नाल हुंदा आया तो ऐं होना जदों सरकारी मंडियां दे विच्चों आपां अपनियां फसलां सिटनों हट गए सरकारी मंडियां खाली हो गई वेहलियां हो गई मंडियां ने टुट जाना मंडी बोर्ड ने टुट जाना
ਤਾਂ ਆਪਣਾ ਜਿਹੜਾ ਹੈਗਾ ਦੂਜਾ ਐਫ ਸੀ ਆਈ ਨੇ ਟੁੱਟ ਜਾਣਾ, ਸਰਕਾਰ ਨੇ ਹੱਥ ਪਿੱਛੇ ਖਿੱਚ ਲੈਣੇ ਆ ਕਿ ਦੇਖੋ ਜੀ ਹੁਣ ਸਾਡੇ ਕੋਲ ਕੋਈ ਵੇਚਣੀ ਨਹੀਂ ਆ ਰਿਹਾ, ਸੀ ਕੀ ਕਰ ਗਏ ਸੀ, ਆਪਣੀ ਮੰਡੀਆਂ ਤੋੜਨੀਆਂ, ਮੰਡੀ ਬੋਰਡ ਤੋੜਨਾ, ਫਿਰ ਕੀ ਹੋਣਾ, ਅਸੀਂ ਪ੍ਰਾਈਵੇਟ ਮੰਡੀਆਂ 'ਤੇ ਨਿਰਭਰ ਹੋ ਜਾਵਾਂਗੇ। ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦਾ, ਜਿਵੇਂ ਬਹੁਤ ਥਾਈਂ ਮੈਂ ਪਹਿਲਾਂ ਵੀ ਉਦਾਹਰਨ ਦਿੱਤੀ ਆ ਕਿ ਜੀਓ ਦਾ ਜੀਓ ਕੰਪਨੀ ਵਾਲੇ ਪੰਜਾਬ ਦੇ ਵਿੱਚ ਆਏ, ਪੂਰੇ ਭਾਰਤ ਦੇ ਵਿੱਚ ਆਏ, ਉਹਨਾਂ ਨੇ ਲੋਕਾਂ ਨੂੰ ਇੱਕ ਲੋਲੀਪੋਪ ਦਿੱਤਾ, ਇੱਕ ਲਾਲਚ ਦਿੱਤਾ ਕਿ ਜੀ ਤੁਹਾਨੂੰ ਜੀਓ ਦਾ ਸਿਮ ਵੀ ਫ੍ਰੀ ਹੈ, ਨੈੱਟ ਵੀ ਫ੍ਰੀ ਹੈ, ਉਹਦਾ ਜਾਣ ਵਾਲਾ ਫੋਨ ਵੀ ਫ੍ਰੀ ਹੈ, ਸੁਣਨ ਵਾਲਾ ਵੀ ਫ੍ਰੀ ਹੈ। ਲੋਕਾਂ ਨੇ ਆਖਿਆ ਵੀ ਬੜਾ ਮੁਫਤ ਦਾ ਸੌਦਾ ਯਾਰ, ਛੇਤੀ ਲਾਹਾ ਲੈ ਲਓ। ਸਾਡੇ ਸਾਰੇ ਲੋਕਾਂ ਨੇ, ਜੇ ਕਿਸੇ ਕੋਲ ਏਅਰਟੈੱਲ ਸੀ, ਕਿਸੇ ਕੋਲ ਬੀ ਐੱਸ ਐੱਨ ਐੱਲ ਸੀ, ਕਿਸੇ ਕੋਲ ਆਈਡੀਆ ਸੀ, ਸਾਰੇ ਲੋਕਾਂ ਨੇ ਕੀ ਕੀਤਾ, ਜੀਓ ਵਾਲੇ ਸਿਮ ਆਪਾਂ ਔਰ ਜੀਓ 'ਚ ਉਹਨਾਂ ਨੇ ਦੂਜੇ ਪਾਸੇ ਆਪਣਾ ਕਰਾ ਲਿਆ। ਉਹਨਾਂ ਨੇ ਦੇਖਿਆ ਵੀ ਹੁਣ ਜਿਹੜੇ ਇਸ ਦੇਸ਼ ਦੇ ਜਾਂ ਪੰਜਾਬ ਦੇ 90% 95% ਲੋਕ ਜੀਓ ਦੇ ਨਿਰਭਰ ਹੋ ਗਏ, ਜੀਓ ਦਾ ਸਿਮ ਆ ਲੋਕਾਂ ਕੋਲ, ਜੀਓ ਦਾ ਸਿਮ ਵਰਤਦੇ ਆ ਲੋਕ, ਤਾਂ ਉਹਨਾਂ ਨੇ ਹੁਣ ਉਹ ਮੁਫਤ ਵਾਲਾ ਖਤਮ ਕਰਤਾ। ਹੁਣ ਤੁਹਾਡੇ ਕੋਲ ਉਹ ਨੈੱਟ ਪੈਕ ਦੇ ਪੈਸੇ ਵੀ ਲੈਂਦੇ ਆ, ਅਤੇ ਆਹ ਜਿਹੜੇ ਅੱਗੇ ਕਹਿੰਦੇ ਸਾਰੀ ਉਮਰ ਦੇ ਕੋਈ ਫ੍ਰੀ ਪਾ ਦਿੰਦੇ ਸੀਗੇ ਵੀ ਤੁਹਾਨੂੰ ਜਿਹੜੀ ਆਪਾਂ ਅੱਗੇ ਪਵਾਉਣਾ ਨਹੀਂ ਸੀ ਪੈਂਦਾ, ਇੱਕ ਵਾਰੀ ਰੀਚਾਰਜ ਕਰਾ ਲਿਆ ਸਿਮ ਦੇ, ਕਹਿੰਦੇ ਸਾਰੀ ਉਮਰ ਹੁਣ ਇਹ ਰੀਚਾਰਜ ਰਹੂਗਾ, ਉਹਨੂੰ ਕੀ ਬੋਲਦੇ ਆ ਵੈਲਡਿਟੀ, ਵੈਲਡਿਟੀ ਹਾਂ, ਉਹ ਹੁਣ ਉਹ ਵੀ ਮਹੀਨੇ ਬਾਅਦ ਮੰਗਣ ਲੱਗ ਗਏ ਨਾ। ਹੁਣ ਉਹੀ ਜੀਓ ਦਾ ਸਿਮ ਹੈ ਜਿਹੜਾ, ਉਹ ਤੁਹਾਨੂੰ ਉਹਦਾ ਨੈੱਟ ਵਗੈਰਾ ਜਿਹੜਾ ਉਹ ਕਿੰਨੇ 'ਚ ਪੈ ਗਿਆ, ਉਹ ਹੁਣ ਤੁਹਾਨੂੰ 500 ਦਾ ਜਾਂ ਪਤਾ ਨਹੀਂ 600 ਦਾ, ਹੈਂ 84 ਦਿਨਾਂ ਦਾ 600 ਰੁਪਈਏ ਦਾ ਉਹ ਤੁਹਾਨੂੰ ਰੀਚਾਰਜ ਕਰਕੇ ਦਿੰਦੇ ਨੇ। ਇੱਕ ਵਾਰੀ ਚਾਰਟ 'ਤੇ ਲਾਇਆ, ਫਸਾਇਆ, ਮੱਛੀ ਜਾਲ 'ਚ ਫਸਾਈ, ਫਿਰ ਉਹਨਾਂ ਨੇ ਦੇਖਿਆ ਕਿ ਹੁਣ ਮੱਛੀ ਪੂਰੀ ਜਾਲ 'ਚ ਫਸ ਗਈ ਆ, ਅਤੇ ਅਸੀਂ ਹੁਣ ਇਹਨਾਂ ਨੂੰ ਕਿਵੇਂ ਲੁੱਟਣਾ, ਅਤੇ ਉਹਨਾਂ ਨੇ ਆਪਣਾ ਸਿਸਟਮ ਸ਼ੁਰੂ ਕਰਤਾ। ਉੱਧਰੋਂ ਦੂਜੇ ਪਾਸੇ ਕੀ ਹੋਇਆ, ਬੀ ਐੱਸ ਐੱਨ ਐੱਲ, ਮੈਂ ਉਦਾਹਰਨ ਦੇਣ ਲੱਗਾ ਸੀ, ਬੀ ਐੱਸ ਐੱਨ ਐੱਲ ਇੰਨਾ ਘਾਟੇ 'ਚ ਲੈ ਗਿਆ ਕਿ ਸਰਕਾਰ ਨੇ ਬੀ ਐੱਸ ਐੱਨ ਐੱਲ ਨੂੰ ਵੇਚਣ ਦੀ ਤਿਆਰੀ ਕਰ ਲਈ, ਥੋੜ੍ਹੇ ਦਿਨਾਂ ਦੇ ਵਿੱਚ ਬੀ ਐੱਸ ਐੱਨ ਐੱਲ ਨੇ ਵਿਕ ਜਾਣਾ। ਇਹੀ ਹਾਲਾਤ ਸਾਡੇ, ਮੈਂ ਉਦਾਹਰਨ ਦਿੱਤੀ, ਇਹੀ ਹਾਲਾਤ ਸਾਡੇ ਮੰਡੀਆਂ ਦੇ ਹੋਣੇ ਨੇ ਜਦੋਂ ਅਸੀਂ ਇਹ ਗੱਲ ਨੂੰ ਸਮਝੇ ਨਾ। ਕਿ ਮੈਂ ਪਹਿਲਾਂ ਤੁਹਾਨੂੰ ਬੋਲ ਕੇ ਹਟਿਆ ਕਿ ਪ੍ਰਾਈਵੇਟ ਬੰਦਾ ਸਾਨੂੰ ਵੱਧ ਪੈਸੇ ਦੇ ਰਿਹਾ, ਸਰਕਾਰ ਸਾਨੂੰ ਘੱਟ ਦੇ ਰਿਹਾ, ਅਸੀਂ ਤਾਂ ਆਪਣੀ ਫਸਲ ਸਰਕਾਰ ਕੋਲ ਵੇਚਣੀ ਨਹੀਂ, ਅਸੀਂ ਤਾਂ ਪ੍ਰਾਈਵੇਟ ਜਾਣਾ। ਜਿੱਦੇ ਫਿਰ ਇਹ ਤੁਹਾਡੇ ਕੋਲ, ਜਿੱਦੇ ਅਗਲੇ ਨੇ ਇਹ ਦੇਖ ਲਿਆ ਕਿ ਹੁਣ ਸਾਡੇ ਨਿਰਭਰ ਹੋ ਗਏ, ਫਿਰ ਪਤਾ ਕੀ ਹੋਣਾ, ਆ ਬਿਹਾਰ ਚਲੇ ਜਾਇਓ, ਕਦੇ ਬੰਗਾਲ ਚਲੇ ਜਾਓ, ਉੱਥੇ 800 ਜਾਂ 900 ਰੁਪਏ ਦਾ ਰੇਟ ਆ ਝੋਨੇ ਦਾ। ਫਿਰ ਅਗਲੇ ਨੇ ਕਹਿਣਾ ਵੀ ਲਿਆ ਬਈ ਤੇਰੀ ਫਸਲ ਅਸੀਂ ਦੇਖ ਕੇ ਲਵਾਂਗੇ, ਨਾਲੇ ਐਂ ਨਹੀਂ ਕਿ ਸੁੱਕਾ ਕਿੰਨਾ ਕਿ ਗਿੱਲਾ ਤਾਂ ਨਹੀਂ ਹੈਗਾ, ਅਸੀਂ ਤਾਂ ਭਾਈ ਇਹ 500 ਨੂੰ ਲਵਾਂਗੇ, ਜਾਂ ਇਹਦਾ 700 ਨੂੰ ਲਵਾਂਗੇ, ਜਾਂ ਇਹਦਾ 800 ਜਾਂ 900 ਜਾਂ 1000 ਨੂੰ ਲਵਾਂਗੇ, ਦੇਣਾ ਦੇ ਨਹੀਂ ਤੇਰੀ ਮਰਜ਼ੀ ਹੈ। ਤਾਂ ਫਿਰ ਉੱਥੇ ਅਸੀਂ ਕੀ ਕਰਾਂਗੇ, ਸਰਕਾਰੀ ਮੰਡੀਆਂ ਖਤਮ, ਸਰਕਾਰ ਨੇ ਹੱਥ ਪਿੱਛੇ ਖਿੱਚ ਲੈਣੇ ਆ, ਕਿਉਂਕਿ ਸਰਕਾਰ ਤੁਸੀਂ ਕਰ ਦੇਣਾ, ਸਰਕਾਰ ਨੂੰ ਮਜਬੂਰ ਵੀ ਅਸੀਂ ਕੋਈ ਕਰ ਦੇਣਾ, ਜੋ ਸਰਕਾਰ ਕੋਲ ਕੋਈ ਚੀਜ਼ ਹੀ ਨਾ ਵਿਕਣ ਗਈ ਤਾਂ ਸਰਕਾਰ ਕਿਉਂ ਇਸ ਗੱਲ ਦੀ ਸਿਰਦਰਦੀ ਰੱਖੂਗੀ, ਮੰਡੀ ਬੋਰਡ ਦੇ ਅੱਡੇ ਮੁਲਾਜ਼ਮ ਰੱਖੂਗੀ, ਉਹਦਾ ਖਰਚਾ ਝੱਲੂਗੀ, ਮੰਡੀ ਬੋਰਡ ਵੀ ਤੋੜ ਦੇਣਾ ਅਗਲੇ ਨੇ, ਮੰਡੀਆਂ ਵੀ ਖਤਮ ਕਰ ਦੇਣੀਆਂ, ਜਿਹੜੇ ਆਪਣੇ ਪਿੰਡਾਂ ਦੇ ਵਿੱਚ ਫੜ ਲੱਗੇ ਹੋਏ ਨੇ, ਮੰਡੀਆਂ ਬਣੀਆਂ ਹੋਈਆਂ, ਇਹਨਾਂ ਦੀ ਥਾਂ 'ਤੇ ਉਹਨਾਂ ਨੇ ਕੁਛ ਹੋਰ ਬਣਾ ਦੇਣਾ, ਤਾਂ ਫਿਰ ਅਸੀਂ ਫੜੇ ਕਾਂਗ ਝਾਕਾਂਗੇ ਕਿ ਯਾਰ ਆਹ ਸਾਡੇ ਨਾਲ ਕੀ ਹੋ ਗਿਆ, ਸਾਡੇ ਨਾਲ ਇਹ ਹੋਣਾ, ਯਾਦ ਰੱਖਿਓ। ਫਿਰ ਅਗਲੀ ਗੱਲ ਤੁਹਾਨੂੰ ਦੱਸਦਾ ਅੱਗੇ ਕੀ ਹੋਣਾ, ਅੱਗੇ ਜਾ ਕੇ ਜਿਵੇਂ ਮੈਂ ਦੇਖੋ ਨਾ, ਵੱਡੀ ਇਹਦੀ ਮੁੱਖ ਲੈਣ ਹੈ ਕਿ ਕੰਪਨੀਆਂ ਵੱਲੋਂ ਠੇਕੇ 'ਤੇ ਖੇਤੀ ਕਰਾਉਣ ਦਾ ਅਮਲ ਸ਼ੁਰੂ, ਇਹ ਤਾਂ ਦੇਖਿਓ ਕੀ ਹੋਣਾ, ਇਹਦੇ ਵਿੱਚ ਅੱਗੇ ਜਾ ਕੇ ਸਾਡੇ ਨਾਲ ਕੀ ਹੋਣਾ। ਅੱਗੇ ਜਦੋਂ ਅਸੀਂ ਇਸ ਤਰ੍ਹਾਂ ਸਾਨੂੰ ਜਮ੍ਹਾਂ ਇਹਨਾਂ ਨੇ ਖੁੰਗਲ ਕਰਤਾ, ਜਿੱਦਾਂ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਮਰਿਆ ਪਿਆ, ਹਰ ਕਿਸਾਨ ਪੰਜਾਬ ਦਾ ਕਰਜ਼ਈ ਹੈ, ਚਾਹੇ ਉਹ 10 ਕਿੱਲਿਆਂ ਵਾਲਾ, ਚਾਹੇ 15 ਵਾਲਾ, ਚਾਹੇ 5 ਵਾਲਾ, ਛੋਟੀ ਕਿਸਾਨੀ ਸਾਡੀ ਸਾਰੀ ਮਰ ਚੁੱਕੀ ਹੈ, ਡੁੱਬ ਚੁੱਕੀ ਹੈ, ਤਬਾਹ ਹੋ ਚੁੱਕੀ ਹੈ। ਤਾਂ ਉੱਥੇ ਕੀ ਹੋਣਾ, ਫਿਰ ਸਾਡੇ ਲੋਕਾਂ ਨੇ ਕਹਿਣਾ ਵੀ ਲਓ ਜੀ ਤੁਹਾਨੂੰ ਅਸੀਂ 10 ਕਿੱਲੇ ਵਾਹਣਾ ਜਾਂ 5 ਕਿੱਲੇ ਵਾਹਣਾ, ਆਹ ਤੁਹਾਨੂੰ ਅਸੀਂ ਠੇਕੇ ਦੇ 10 ਸਾਲਾਂ ਖਾਤਰ ਲਿਖਾਤਾ। ਮੰਨ ਲਓ ਅਗਲੇ ਕੋਲ 5 ਕਿੱਲੇ ਵਾਹਣਾ, 5 ਏਕੜ ਵਾਹਣਾ, ਤਾਂ 50,000 ਨੂੰ ਅਗਲੇ ਠੇਕੇ 'ਤੇ ਲੈ ਲਿਆ, ਕਿੰਨਾ ਹੋ ਗਿਆ ਸਾਲ ਦਾ, 2.5 ਲੱਖ ਹੋ ਗਿਆ, 2.5 ਲੱਖ ਰੁਪਈਆ, ਅਤੇ 10 ਸਾਲਾਂ ਦਾ ਕਿੰਨਾ ਹੋ ਗਿਆ, 12.5 ਲੱਖ ਰੁਪਈਆ, 12.5 ਲੱਖ ਰੁਪਈਆ ਅਸੀਂ ਲੈ ਲਾਂਗੇ 10 ਸਾਲਾਂ ਦਾ ਪੱਕਾ, ਕਿਸੇ ਕੰਪਨੀ ਨੂੰ, ਅਬਾਨੀਆਂ, ਅਡਾਨੀਆਂ, ਕਿਸੇ ਹੋਰ ਘਰਾਣੇ ਨੂੰ ਅਸੀਂ ਲਿਖਾ ਦੇਣੀ ਹੈ ਵੀ ਆਹ ਲਓ ਸਾਡੀ ਜ਼ਮੀਨ 10 ਸਾਲਾਂ ਖਾਤਰ ਤੁਹਾਡੇ ਕੋਲ ਹੈ, ਸਾਨੂੰ 12.5 ਲੱਖ ਦੇ ਦਿਓ। ਅਸੀਂ ਉਹ 12.5 ਲੱਖ ਦਾ ਕੀ ਕਰਾਂਗੇ, ਅਸੀਂ ਇਹ ਥੋੜ੍ਹੀ ਆ ਵੀ ਕੋਈ ਕਾਰੋਬਾਰ ਤੋਰਾਂਗੇ, ਅਸੀਂ ਉਹ 12.5 ਲੱਖ ਕਿਸੇ ਘਰ 'ਚ ਪਾਉਣ 'ਚ ਲਾ ਦੇਣਾ, ਕਿਸੇ ਵਿਆਹ ਸ਼ਾਹੇ 'ਤੇ ਲਾ ਦੇਣਾ, ਕਿਸੇ ਹੋਰ ਅਸੀਂ ਖਰਚੇ 'ਚ ਵਾੜ ਦੇਣਾ, ਅਤੇ ਉਹ 12.5 ਲੱਖ ਲਾ ਕੇ ਅਸੀਂ ਜ਼ਮੀਨ ਹੀ ਆਪਣੀ ਖਾ ਲਾਂਗੇ। ਅਤੇ 10 ਸਾਲਾਂ ਬਾਅਦ ਉਹੀ ਕੰਪਨੀਆਂ ਨੇ ਸਾਨੂੰ ਕਹਿਣਾ ਕਿ ਲਿਓ ਜੀ ਹੁਣ ਤੁਸੀਂ ਐਂ ਕਰੋ, ਤੁਸੀਂ ਸਾਡਾ ਪੈਸਾ ਤਾਂ ਮੋੜ ਨਹੀਂ ਸਕਦੇ ਜਿਹੜਾ ਲਿਆ ਸਾਥੋਂ, ਸਾਨੂੰ ਪੱਕੇ ਤੌਰ 'ਤੇ ਆਪਣੀਆਂ ਜ਼ਮੀਨਾਂ ਬੈਅ ਕਰ ਦਿਓ। ਫਿਰ ਉਹ ਜ਼ਮੀਨਾਂ ਅਸੀਂ ਬੈਅ ਕਰ ਦੇਣੀਆਂ। ਫਿਰ ਇਹਨਾਂ ਨੇ, ਤੁਸੀਂ ਯਾਦ ਰੱਖਿਓ ਗੱਲ ਹੋਣੀ ਹੈ, ਬਾਹਲਾ ਸਮਾਂ ਨਹੀਂ ਪੈਂਦਾ, 10 ਸਾਲਾਂ 'ਚ ਹੀ ਹੋ ਜਾਣੀ ਆ। ਫਿਰ ਇਹਨਾਂ ਨੇ ਕੀ ਕਰਨਾ, ਉਸੇ ਕਿਸੇ ਦੀ 5 ਕਿੱਲੇ ਆ, ਕਿਸੇ ਨਾਲ ਲੱਗਦੀ 10 ਹੈ, ਕਿਸੇ ਦੀ 20 ਹੈ, ਐਂ ਸਾਰੀਆਂ ਜ਼ਮੀਨਾਂ ਜਿਹੜੀਆਂ
खरीद के गुरविंदर भाई लिखता कि बस्तीवादी पालसी है, बिल्कुल भाई बस्तीवादी बना देना इन्होंने सारा सिस्टम, तुम देखी जायो इन्होंने सारिया जमीन खरीद के कितने 10,000 एकड़ का, किसी 20,000 एकड़ का, कितने 5,000 एकड़ का फार्म बनाने, बड़े बड़े फार्म। पर साडे वर्गे लोग पता उत्थे की करया करांगे, जिहड़े अज असीं कहिंदे असीं जट हुंदे आ, असीं जमीनां वाले आ, जट जमीन जट दी मां हुंदी है, फिर ओह जमीन साडे ते पता की होणा, ओह जमीन आ जिहड़ी ओह जमीन इन्हां कोले वग जाणी आ, असीं मुजारे बन जांगे, मुजारे असीं उत्थे जा के दिहाड़ियां करया करांगे, अपनियां जमीनां दे उत्ते असीं दिहाड़ीदार बन जांगे। इस तरीके नाल साडियां जमीनां इन्हां ने खोहणियां, याद रखियो ये साढ़े नाल वापरना। पर अज मैं कल हैरान रह गया, उत्थे मैं उत्थे गए किसानों नूं जिम्मेवार नहीं मनदा, किसान मैं कहना जिन्नियां जथेबंदियां ने सत्कारयोग ने होणगियां, विच इक दो माड़ियां भी होंदियां, सपंजे उंगलां इक्को जिहियां नहीं होंदियां, वधिया लड़ाई लड़ रहियां ने, वड्डी गिणती च किसान भी नाल जा रहे ने। पर कल उत्थे जदों सुखबीर बादल ने कहा ना कि मैं हर कुरबानी देण नूं तैयार हाँ, एक बंदे ने मगरों जकारा छड़ता, बोले सो निहाल, मगर जकारे का जवाब जकारे ही लोगों ने दिता, वो देखता लो ये कुरबानियां देने वाले लोग ने यार, ये मार रहे हैं सानू। मैं पहला कहा तुम याद रखो, जिदे कितने आ हम जिदे इन्होंने BJP तो पासा बट लिया, तो इन्होंने यही गल का लाह लेना भी देखो जी सोडी खातर, असी किसानों की खातर, असी पंजाब के हकों की खातर, हितों की खातर BJP का साथ छड़ के लोगों ना खड़ गए, साढ़े लोगों ने फिर उदे बल्ले बल्ले कर देने, चक लेना हाथों इन्हों भी, हाँ जी देखो बादलों ने तो BJP को छड़ता जी पंजाब की खातर, वो ये अपने फायदे नुकसान देखते हैं, इन्होंने लोगों ना कोई सारोकार नहीं। सो मैं तुहाड़े नाल गल सारी है मित्रों सांझी कर ली आ, पंजाबीओ जाग जो यार, हाले भी समा हैगा, हाले भी समा हैगा, तो मैं सोनू सारिया गल्लां आ जिहड़ियां दस्सियां ने भी आह साडे नाल वापरना, पर उदों असीं देखांगे जदों साडे कोल सारा कुछ तबाह हो गया, साडे हत्थ पल्ले कख ना बचिया, तो असीं दिहाड़ीदार मजदूर बन गए, अपने खेतों के उत्ते मुजारे बन गए, उदों असीं अखां च घसुन दे रोना है, दातणी पिटना असीं, पर साडे उदों पल्ले कख नहीं पैना। दूजी गल मैं जिहड़ी नाल लगदी इहदे करनी चाहुंदा, वह भी गौर करन वाली गल आ, मेरा वीर सुणियो ध्यान नाल, इह वध तों वध सांझा कर दिओ कम, इह सोडे कम दीआं गल्लां ने, पंजाब दे कम दीआं गल्लां ने, पंजाब दे लोकां दे कम दीआं ने, इह साडी आउण वालीआं नसलां दे कम दीआं गल्लां ने। तुसीं इत्थे कोई होर पता नहीं किस प्रकार दीआं वीडियो नूं बड़ा सांझा कर दिंदे आ, बड़ियां फैलाउंदे हो, चक्की तुरे जांदे हुंदे, इहनूं भी सांझा कर लो, बड़ियां महत्वपूर्ण गल्लां ने। दूजी मैं गल करन लग्गिआ कि पिछे जे इक इह भी बड़ा महत्वपूर्ण विषय है, पिछे जे CBSE जिहड़ा बोर्ड है, एजुकेशन बोर्ड है जिहड़ा, उहने इक जिहड़ा सिलेबस है उहदे विच 30% कटौती कीती है। उन्होंने ये कहा कि जिहड़ा इह असीं कटौती कर रहे हां, इहदा कारण यह हैगा कि असीं जिहड़ा करोने करके बच्चे जिहड़े स्कूलां च नहीं आ सके, उहदा करके असीं 30% सिलेबस दे विच कटौती कर रहे हां, घट कर रहे हां। पर मैं तुहानूं दसणी गल चाहुंदा कि इह किहड़े चैप्टर, किहड़े विशे जिहड़े 9वीं 10वीं 11वीं ते 12वीं चार क्लासां दे विषय है जिहड़े सिलेबस सीगा, उहदे विचों किहड़े किहड़े विषय खत्म कर दित्ते गए, किहड़े किहड़े चैप्टर खत्म कर दित्ते गए, गौर नाल सुणिओ इह गल नूं। वैसे तां इह 2019 दी जिहड़ी एजुकेशन पॉलिसी बनी सी ना, उहदा खरड़ा पढ़ के देखिओ, तुहानूं उह च पता लग जूगा, इह तां करोने दा बहाना है। इन्हां ने किहड़े किहड़े विषय खत्म कीते आ, ध्यान नाल सुणिओ। HRD मिनिस्ट्री ने जिहड़ा CBSE नूं कहा कि आह विषय जिहड़े तुसीं खत्म कर दिओ, हुण मेरे कोल लिखे हुए विषय ने कि एक सब तो पहला ने संघी ढांचे का जिहड़ा विषय हैगा वह खत्म कर दिता गया, क्योंकि संघी ये देश जिहड़ा भारत देश है, संघी संघ है, वख वख सूबियां दा एक संघ बनिया होया, वो तो यह देश बनिया। साढ़े संविधान के भी भारत में एक नेशन एक देश नहीं लिखा गया, कते भारत में एक यूनियन ऑफ स्टेट लिखा गया कि वख वख सूबियां दा एक संग्रह है, एक संघ है, जिदे करके ये पूरा देश जिहड़ा बनिया। इन्होंने पहला ये संघी ढांचे वाला जिहड़ा चैप्टर सीगा वो खत्म करता, नागरिकता दा चैप्टर सीगा जिहड़ा नागरिकता किसनूं कहा जांदा है, नागरिक कौन हुंदे ने, नागरिक दे की अधिकार ने, की फर्ज ने, वह चैप्टर खत्म कर दिता गया। धर्म निरपक्षता दा चैप्टर खत्म कर दिता गया, ये भारत जिहड़ा वन समानता दा देश है, वन समन्ने धर्मां दे लोक, वख वख धर्मां दे लोक, वन समन्नियां नसलां, जातां, कौमां, मजहबां दे लोक इत्थे रहिंदे ने, ਉਹ ਇਹਨਾਂ ਨੇ ਚੈਪਟਰ ਖਤਮ ਕਰ ਦਿੱਤਾ ਗਿਆ, ਬਿਲਕੁਲ ਖਤਮ ਕਰ ਦਿੱਤਾ ਗਿਆ। ਸਾਡੇ ਗਵਾਂਢੀ ਦੇਸ਼ਾਂ ਦੇ ਨਾਲ ਕਿਹੋ ਜਿਹੇ ਸੰਬੰਧ ਨੇ, ਪਾਕਿਸਤਾਨ ਦੇ ਨਾਲ, ਨੇਪਾਲ ਦੇ ਨਾਲ, ਬੰਗਲਾਦੇਸ਼ ਦੇ ਨਾਲ,
ਜਾਂ ਹੋਰ ਜਿੰਨੇ ਸਾਡੇ ਗਵਾਂਢੀ ਦੇਸ਼ ਨੇ ਉਹਨਾਂ ਨਾਲ ਸਾਡੇ ਕਿਹੋ ਜਿਹੇ ਸੰਬੰਧ ਰਹੇ ਨੇ ਜਾਂ ਹੁਣ ਨੇ, ਇਹ ਚੈਪਟਰ ਨੂੰ ਖਤਮ ਕਰ ਦਿੱਤਾ ਗਿਆ। ਨੋਟਬੰਦੀ ਦਾ ਚੈਪਟਰ ਸੀ ਕੁਝ, ਉਹ ਖਤਮ ਕਰ ਦਿੱਤਾ ਗਿਆ। ਪੰਚਾਇਤੀ ਰਾਜ ਸਿਸਟਮ, ਪੰਚਾਇਤੀ ਰਾਜ ਸਿਸਟਮ ਦਾ ਜਿਹੜਾ ਸੀਗਾ ਇਹਦੇ ਵਿੱਚ ਚੈਪਟਰ ਹੁੰਦਾ ਸੀਗਾ ਇਹਨਾਂ ਕਲਾਸਾਂ ਦੇ ਵਿੱਚ, ਉਹ ਖਤਮ ਕਰ ਦਿੱਤਾ ਗਿਆ। ਇਹ ਸਾਰੇ ਚੈਪਟਰ ਇਹਨਾਂ ਨੇ ਇੱਕ ਇੱਕ ਕਰਕੇ ਖਤਮ ਕਰ ਦਿੱਤੇ ਗਏ। ਇਹ ਕਿਉਂ ਕੀਤੇ ਗਏ? ਸੋਚਣ ਵਾਲੀ ਗੱਲ ਹੈ। ਬਹਾਨਾ ਬਣਾਇਆ ਗਿਆ ਕਿ ਬੱਚਿਆਂ 'ਤੇ ਬੋਝ ਬਾਹਲਾ ਪੈ ਗਿਆ ਜੀ, ਜਵਾਕ ਸਕੂਲ ਨਹੀਂ ਆ ਸਕੇ ਕਰੋਨੇ ਕਰਕੇ, ਅਤੇ ਇਸ ਕਰਕੇ ਅਸੀਂ ਇਹ ਚੈਪਟਰ ਜਿਹੜੇ ਘਟਾ ਰਹੇ ਨੇ। ਚੈਪਟਰ ਇਹਨਾਂ ਨੇ ਉਹੀ ਕੱਢੇ ਜਿਹੜੇ ਵਣ ਸਵੰਨਤਾ ਦੀ ਗੱਲ ਕਰਦੇ ਸੀ, ਧਰਮ ਨਿਰਪੱਖਤਾ ਦੀ ਗੱਲ ਕਰਦੇ ਸੀ। ਇੱਕ ਬੱਚੇ ਨੂੰ ਇਸ ਸਮਾਜ ਨੂੰ ਸਮਝਣ ਲਈ, ਇਸ ਦੇਸ਼ ਦੇ ਤਾਣੇ ਬਾਣੇ ਨੂੰ ਸਮਝਣ ਲਈ ਜਿੰਨੇ ਇਹ 'ਚ ਵਿਸ਼ੇ ਸੀਗੇ ਉਹ ਸਾਰੇ ਖਤਮ ਕਰ ਦਿੱਤੇ ਗਏ। ਸਾਨੂੰ ਇਹ ਵੀ ਨਹੀਂ ਪਤਾ ਹੋਣਾ, ਅਸੀਂ ਤਾਂ ਬਸ ਸਕੂਲ ਛੱਡਿਆ ਜਵਾਕ ਨੂੰ ਇੱਕ ਵਾਰੀ, ਉਦੋਂ ਬਾਅਦ ਸਾਲ ਬਾਅਦ ਅਸੀਂ ਜਾਂਦੇ ਹੁੰਦੇ ਹਾਂ, ਉਹ ਸਾਡੇ ਜਵਾਕ ਦੇ 90% ਲਾ ਕੇ 95% ਲਾ ਕੇ ਤੋਰ ਦਿੰਦੇ ਹੁੰਦੇ ਆ। ਅਸੀਂ ਉੱਥੋਂ ਮਿਠਾਈ ਦਾ ਡੱਬਾ ਲੈ ਕੇ ਘਰੇ ਗਵਾਂਢੀਆਂ 'ਚ ਵੰਡ ਦਿੰਦੇ ਹੁੰਦੇ ਵੀ ਸਾਡਾ ਜਵਾਕ ਤਾਂ ਜੀ 90% ਲੈ ਗਿਆ, 95% ਲੈ ਗਿਆ। ਸਿੱਖਿਆ ਦਾ ਮਤਲਬ ਕੀ ਆ? ਸਿੱਖਿਆ ਦਾ ਮਤਲਬ ਇਕੱਲੀ ਡਿਗਰੀ ਲੈਣੀ ਆ? ਡਿਗਰੀ ਲੈ ਕੇ ਕੋਈ ਨੌਕਰੀ ਕਰਨਾ, ਕੋਈ ਵਪਾਰ ਕਰਨਾ, ਕੋਈ ਕਿੱਤਾ ਕਰਨਾ ਹੀ ਆ? ਨਹੀਂ, ਸਿੱਖਿਆ ਦਾ ਮਤਲਬ ਹੁੰਦਾ ਸਿੱਖਿਅਤ ਹੋਣਾ। ਇੱਕ ਇਨਸਾਨ ਜਦੋਂ ਸਕੂਲ ਦੇ ਵਿੱਚੋਂ ਨਿਕਲਦਾ, ਉਹ ਕੀ ਸਿੱਖ ਕੇ ਨਿਕਲਦਾ? ਉਹ ਸਮਾਜ ਬਾਰੇ, ਉਹ ਕੁਦਰਤ ਬਾਰੇ, ਉਹ ਇਤਿਹਾਸ ਬਾਰੇ, ਉਹ ਆਉਣ ਵਾਲੇ ਭਵਿੱਖ ਬਾਰੇ, ਉਹ ਨਸਲਾਂ ਬਾਰੇ, ਉਹ ਕੌਮਾਂ ਬਾਰੇ, ਉਹ ਮਜ਼ਹਬਾਂ ਬਾਰੇ, ਉਹ ਇਸ ਦੇਸ਼ ਦੀ ਸੰਸਕ੍ਰਿਤੀ ਬਾਰੇ ਉਹ ਕੀ ਸਿੱਖਦਾ? ਇਹ ਜਿਹੜਾ ਹੈਗਾ ਇਹ ਸਕੂਲ ਦੇ ਵਿੱਚ ਸਿਖਾਇਆ ਜਾਂਦਾ ਸੀ। ਇੱਕ ਬੱਚੇ ਦੇ ਵਿੱਚ ਨੈਤਿਕਤਾ ਭਰੀ ਜਾਂਦੀ ਸੀ, ਕਦਰਾਂ ਕੀਮਤਾਂ ਉਹਦੀਆਂ ਉੱਚੀਆਂ ਚੱਕੀਆਂ ਜਾਂਦੀਆਂ ਨੇ ਕਿ ਇਸ ਬੱਚੇ ਨੇ ਕੱਲ੍ਹ ਨੂੰ ਜਵਾਨ ਹੋਣਾ, ਇਸ ਦੇਸ਼ ਦਾ, ਇਸ ਧਰਤੀ ਦਾ ਭਾਰ ਆਪਣੇ ਮੋਢਿਆਂ 'ਤੇ ਚੱਕਣਾ। ਇਹ ਕਿੰਨਾ ਕੁ ਕਾਬਲ ਬਣ ਕੇ ਨਿਕਲਦਾ ਸਕੂਲ ਦੇ ਵਿੱਚੋਂ? ਹੁਣ ਪਤਾ ਕੀ ਬਣ ਕੇ ਨਿਕਲਣਗੇ? ਮਿੱਟੀ ਦੇ ਮਾਧੋ, ਮਿੱਟੀ ਦੇ ਮਾਧੋ ਬਣ ਕੇ ਨਿਕਲਿਆ ਕਰਨਗੇ ਸਕੂਲਾਂ 'ਚੋਂ। ਇਹ ਕਿਉਂ ਖਤਮ ਕੀਤਾ ਗਿਆ? ਇਹ ਸਾਰੀਆਂ ਗੱਲਾਂ ਕਿਉਂ ਖਤਮ ਕੀਤੀਆਂ ਗਈਆਂ? ਤਾਂ ਕਿ ਇਹ ਕੋਈ ਵੀ ਕੱਲ੍ਹ ਨੂੰ ਜਿਹੜਾ ਬੱਚਾ ਜਵਾਨ ਹੁੰਦਾ ਸਕੂਲਾਂ 'ਚੋਂ ਅੱਗੇ ਕਾਲਜਾਂ ਯੂਨੀਵਰਸਿਟੀਆਂ ਜਾਂਦਾ, ਉਹਦੇ ਕੋਲ ਉਹਦੇ ਦਿਮਾਗ ਦੇ ਵਿੱਚ ਕੋਈ ਸੋਚ ਹੀ ਨਾ ਹੋਵੇ, ਕੋਈ ਵਿਚਾਰਧਾਰਾ ਹੀ ਨਾ ਹੋਵੇ, ਕੋਈ ਉਹਦੇ ਆਪਣੇ ਵਿਚਾਰ ਹੀ ਨਾ ਹੋਣ, ਉਹ ਸਿੱਖ ਹੀ ਨਾ ਕੁਛ ਆਵੇ ਜਿਹੜਾ ਸਾਨੂੰ ਸਵਾਲ ਕਰ ਸਕੇ। ਇਹਨਾਂ ਦਾ ਇੱਕੋ ਹੀ ਇੱਕ ਏਜੰਡਾ, ਜਿਵੇਂ ਇਹ ਕਹਿ ਰਹੇ ਨੇ, ਇੱਕ ਦੇਸ਼ ਇੱਕ ਟੈਕਸ ਜੀ, ਇੱਕ ਦੇਸ਼ ਇੱਕ ਰਾਸ਼ਨ ਕਾਰਡ ਜੀ, ਇੱਕ ਦੇਸ਼ ਇੱਕ ਬੋਲੀ ਜੀ, ਇਹਨਾਂ ਨੇ ਇਹੀ ਕਰਨਾ। ਇੱਕ ਦੇਸ਼ ਇੱਕ ਬੋਲੀ, ਇੱਕ ਦੇਸ਼ ਇੱਕ ਧਰਮ, ਤੁਸੀਂ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ, ਇੱਕ ਦੇਸ਼ ਇੱਕ ਵਿਚਾਰਧਾਰਾ। ਆਹ ਨੇ ਕਰੋਨਾ ਦੀ ਆੜ, ਕਰੋਨਾ ਦੇ ਬਹਾਨੇ ਸਾਡੇ 'ਤੇ ਆਹ ਕੁਛ ਲਾਗੂ ਹੋ ਰਿਹਾ, ਪਰ ਅਸੀਂ ਸੁੱਤੇ ਪਏ ਹਾਂ, ਸਾਨੂੰ ਕੋਈ ਮਤਲਬ ਨਹੀਂ। ਸਾਨੂੰ ਮਤਲਬ ਆ ਚੈਨਲ ਵਾਲੇ ਵੀ ਪਤਾ ਨਹੀਂ ਕਿੱਧਰ ਨੂੰ ਤੋਰੀ ਫਿਰਦੇ ਆ ਕਹਾਣੀਆਂ, ਕਦੇ ਉਹਦੀ ਕਿਸੇ ਗਾਇਕ ਦੀ ਟੰਗ ਬਾਂਹ ਫੜ ਲੈਂਦੇ ਨੇ, ਕਦੇ ਕਿਸੇ ਹੋਰ ਜਿਹੜਿਆਂ ਦਾ ਕੋਈ ਮਤਲਬ ਹੀ ਨਹੀਂ ਹੈਗਾ, ਜਿਹਨਾਂ ਮੁੱਦਿਆਂ ਦਾ ਕੋਈ ਮਤਲਬ ਹੀ ਨਹੀਂ ਹੈਗਾ, ਉਹ ਮੁੱਦਿਆਂ ਨੂੰ ਫੜ ਕੇ ਡਿਬੇਟਾਂ ਕਰਨ ਬੈਠ ਜਾਂਦੇ ਨੇ। ਵੱਡੇ ਵੱਡੇ ਚੈਨਲ ਵਾਲੇ ਵੀ ਉਹਨਾਂ ਮੁੱਦਿਆਂ 'ਤੇ ਡਿਬੇਟ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਲੋਕਾਂ ਦੀ ਜ਼ਿੰਦਗੀ ਨਾਲ, ਕੋਈ ਸਮਾਜ ਨਾਲ ਸਾਰੋਕਾਰ ਹੀ ਨਹੀਂ ਹੈ। ਆਹ ਮੁੱਦਿਆਂ 'ਤੇ ਕਿੰਨੇ ਕੁ ਚੈਨਲ ਬੋਲੇ ਨੇ ਕਿ ਆਹ ਜਿਹੜੀ 30% ਇਹਨਾਂ ਨੇ ਕਟੌਤੀ ਕੀਤੀ ਆ ਸਿਲੇਬਸ, ਇਹਨਾਂ ਨੇ ਸਿਲੇਬਸ ਦੇ ਵਿੱਚੋਂ ਚੈਪਟਰ ਵਿਸ਼ੇ ਖਤਮ ਕਰਤੇ ਆ, ਉਹ ਅਸੀਂ ਸੋਚੇ ਨਹੀਂ। ਆ ਇੱਕ ਲਿਖਦਾ ਕਹਿੰਦਾ ਬਾਈ ਨੀਟੂ ਛੱਟਣ ਵਾਲੇ ਨੂੰ ਦੱਬੀ ਫਿਰਦੇ। ਹਾਂ, ਚੈਨਲ ਵਾਲੇ ਨੀਟੂ ਛੱਟਣ ਵਾਲੇ ਦੀਆਂ ਕਹਾਣੀਆਂ ਸੁਣਾਈ ਜਾਂਦੇ ਰਹਿੰਦੇ ਆ। ਨੀਟੂ ਛੱਟਣ ਵਾਲੇ ਨੇ ਗੀਤ ਕੱਢਤੇ ਜੀ, ਉਹਦੀ ਕਾਪੀ ਚੋਰੀ ਹੋ ਗਈ ਜੀ, ਪਤਾ ਨਹੀਂ ਕੀ ਕੁਛ ਯਾਰ, ਪਤਾ ਨਹੀਂ ਕੀ ਰੂਲ ਜਰੂਲ ਦੀਆਂ ਕਹਾਣੀਆਂ ਰੋਜ਼ ਲੈ ਕੇ ਬੈਠਦੇ ਨੇ। ਕਮਾਲ ਆ ਯਾਰ, ਐਡੇ ਗੰਭੀਰ ਮੁੱਦੇ ਨੇ, ਚਾਹੇ ਉਹ ਖੇਤੀ ਦਾ ਆਰਡੀਨੈਂਸ ਦੇ ਮੁੱਦਾ ਹੋਵੇ, ਕਿੰਨੀਆਂ ਕਿਤੇ ਡਿਬੇਟਾਂ ਹੋਈਆਂ, ਕਿੰਨੀ ਕੁ ਵਿਚਾਰ ਚਰਚਾ ਹੋਈ, ਚਾਹੇ ਆ 30% ਜਿਹੜਾ ਇਹਨਾਂ ਨੇ ਸਿਲੇਬਸ ਕੱਟਿਆ ਗਿਆ। ਇਹਦੇ ਸਾਨੂੰ ਪਤਾ ਹੈਗਾ ਕਿ ਸਾਡੇ ਜਵਾਕ ਹੁਣ ਉੱਥੇ ਕੀ ਬਣ ਕੇ ਨਿਕਲਣਗੇ ਸਕੂਲਾਂ ਦੇ ਵਿੱਚ? ਸੋ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕੀਤੀਆਂ ਨੇ, ਤਾਂ ਮੇਰਾ ਵੀਰ ਤੁਹਾਨੂੰ ਮੇਰੀ ਹੱਥ ਬੰਨ ਕੇ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਯਾਰ ਇਹ ਬਹੁਤ ਵੱਡਾ ਸਾਡੇ ਖਿਲਾਫ਼ ਇੱਕ ਬਹੁਤ ਗੰਦੀ ਅਤੇ ਬਹੁਤ ਮੈਂ ਸਮਝਦਾ ਕਿ ਗੁੰਝਲਦਾਰ ਇੱਕ ਸਿਆਸਤ ਦੇ ਨਾਲ ਸਾਡੇ ਨਾਲ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਚਾਹੇ ਉਹ ਸਾਡੀ ਖੇਤੀ ਦੇ ਖਿਲਾਫ਼ ਹੋਵੇ, ਚਾਹੇ ਸਾਡੀ ਸਿੱਖਿਆ ਦੇ ਖਿਲਾਫ਼ ਹੋਵੇ। ਤੁਸੀਂ ਹੁਣ ਦੇਖ ਲਿਓ, ਇਤਿਹਾਸ ਨੂੰ ਮਿਥਿਹਾਸ ਬਣਾ ਕੇ ਪੜ੍ਹਾਈ ਜਾਣਗੇ, ਇਤਿਹਾਸ ਨੂੰ ਤੋੜ ਮਰੋੜ ਕੇ ਪੜ੍ਹਾਇਆ ਜਾਊਗਾ। ਇਹ ਬਹੁਤ ਵੱਡੀਆਂ ਗੜਬੜਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਬੱਚਿਆਂ ਨੂੰ ਬਿਲਕੁਲ ਨਿਖਿੱਧ ਇਹਨਾਂ ਨੇ ਬਣਾ ਦੇਣਾ। ਕਿਉਂ ਬਣਾ ਰਹੇ ਆ? ਕਿਉਂਕਿ ਅੱਜ ਇਹਨਾਂ ਨੂੰ ਰੜਕਦੇ ਨੇ ਜਿਹੜੇ ਸਾਡੇ ਅੱਜ ਪੰਜਾਬ ਦੇ ਨੌਜਵਾਨ ਹੋਣ, ਚਾਹੇ ਇਸ ਮੁਲਕ ਦੇ ਨੌਜਵਾਨ ਹੋਣ, ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹੇ ਨੇ, ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਨੇ, ਚੰਗੀ ਸਿੱਖਿਆ ਲਈ ਹੈ, ਰੌਸ਼ਨ ਦਿਮਾਗ ਨੇ, ਉਹ ਸਕੂਲ 'ਚੋਂ ਉਹਨੂੰ ਕਿਤਾਬਾਂ ਰਾਹੀਂ ਸਿੱਖਿਆ ਮਿਲੀ ਹੈ ਨਾ, ਉਹ ਅੱਜ ਇਹਨਾਂ ਕੋਲ ਸਵਾਲ ਰੱਖਦੇ ਨੇ, ਜਵਾਬ ਪੁੱਛਦੇ ਨੇ। ਉਹ ਨਹੀਂ ਚਾਹੁੰਦੇ ਵੀ ਸਾਡੇ ਅੱਗੇ ਕੱਲ੍ਹ ਨੂੰ ਕੋਈ ਸਵਾਲ ਜਵਾਬ ਰੱਖਣ ਵਾਲਾ ਬੰਦਾ ਹੋਵੇ।
ये चाहते ने कि साढ़े ब मूहरे बिल्कुल ए कोई बंदा जरा किसी पता ही ना हो जो असी लागू कर दिए जो असी हुक्म सुना दिए जो असी कानून बना दिए उस उस लोग मन लैन जे असी कगे दिन नू रात तो लोग रात ही मन लैन इस तर इस करके इस तरह के जेडे अकाले कानून आ आर्डिनेंस आ सिक्ख्या वाले सिस्टम के ने हुण बहुत वड्डी मार साढ़े पाई है। वह भरावो जाग दो जाग जो वेला हैगा हले भी जाग जाएंगे तो माड़ा मोटा आने वाली नस्लों साढ़े तो भी कहनगे भी हाँ साढ़े पुरखे साढ़े बड़े वडेरे साढ़े लिए थोड़ा मोटा चंगा पंजाब छड़ के गए है नहीं तो तुम देख लियो इतने बिल्कुल सारा सिस्टम इन्होंने तबाह कर देना चेक कर एक भीर लिखता कि विचार तेरे सही आ 100% वो भीर मेरे वो सही सही तो है अमल की आ अमल नहीं ना है सही कह दें एक भीर कहता कि हल की हो इन्ह मुश्किलों का हल भीर इन च लोग हल ने भुल जाओ कोई सरकार जिन्या मर्जी तुम पहला बदल के देख लिया अज बदल के देख लो ये लोग हल ने जो लोग अपने हकों लिए बोलना शुरू करे ना लोग जागणगे लोग इन्हों के गलों पैणगे तो मसलों के हल होने हुण तुसी देखो कि बहुत वड्डी गिणती दे विच किसान आए तो किसान किसान तुसी देखो पर मैं मेरे पिंड चो देखिया मेरे पिंड चो चार बंदे गए होने हालांकि मेरे पिंड दे विचों भी घट्टो घट 200 घर 200 नहीं 300 घर मन के चलदा मैं 300 घर जिहड़ा हैगा वह खेती करदा कि उन्हां दा मसला नहीं है हर बंदे दा बच्चा स्कूल च पढ़दा कि उन्हां दा मसला नहीं है कि उन्होंने उन्होंने जवाकों पर नहीं है लागू होनी गल्लां फीसां वाले मसले पर जे 1500 जवाक पढ़ता है तो बंदे 50 कट्ठे होंदे है ये हल इहदा इही आ हल जे अज लोग जागणगे लोग खड़ के रौला पाउणगे तां सरकारां ने सोचना शुरू करना नहीं तो यह टीका ला ला देखते हैं जो कि देखते सानूं भी लोग किन्ना क बोलते हैं किन्ना क विरोध करते हैं असीं हर गल इन्हां दी सहन कर जांदे हां साडा कोई विरोध बराद नहीं जो मर्जी होई जावे UAPA तहत असीं किन्ने मुंडे पंजाब दे चक ले गए असीं उत्थे भी नहीं बोलना रोज़ कोई ना कोई आर्डिनेंस जारी होना कोई ना कोई काला कानून आना असीं उत्थे भी नहीं बोलना इन्हां ने फिर सानूं दब्बी तुरे आना किसी भुलेखे किसी गलत फहमी च ना रहो मैं बहुत बारी थोनों कहना हुंदा कि तुसीं घरां च बैठे बच जाओगे तुसीं ना बोलोगे तो बच जाओगे नहीं अज तुसीं नहीं बोलोगे अज घरां च बैठे हो थोड़ी थोड़ी जी वारी मगरों आ जाऊगी मेरे वर्ग के जिहड़े बोलदे ने जां कोई होर रौला पाउण वाले जां संघर्ष करन वाले ने उन्हां दी वारी पहलां आ जाऊ वारी तां आउणी आउणी रगड़े सारे ही जाने हैं बख्शना इन्हां ने किसी नूं नहीं हैगा क्योंकि जिहड़ी पॉलिसी जिहड़ी नीति ये लैके आ रहे बहुत खतरनाक नीतियां ने सो मेरा भीर अखीर दे उत्ते तुहानूं यही बेनती है कि ये गलबात मेरी वध तों वध अगे सांझी कर दो मैं कहना पंजाब दा हर किसान हर मजदूर हर दलित हर गरीब हर हर पढ़िया लिखिया अनपढ़ हर बंदा मेरी ये गल नूं सुने क्योंकि मसला कल्ली किसानी नाल नहीं मजदूरी नाल भी छोटे दुकानदारां नाल भी जुड़िया होया आ देख लियो आ जे किसानी खत्म हो गई ना छोटे दुकानदार भी गए गई है हुण वड्डे वड्डे मौलां ने किन्नियां दुकानां नूं छोटियां दुकानदारां नूं खा गए ये लपेटे सारे ही आउणे आ ये भुल जाया करो भाई शहरां च बैठे सादा की नुकसान आ सानूं की होजू कल्ले किसान ही क्यों जांदे ने सड़कां ते क्यों निकलदे ने क्यों धरने मुजहरे करदे ने क्यों जेलां भरदे ने क्यों मुकदमे दर्ज कराउंदे ने पर याद रखो लपेटे तुसीं भी आई जाना क्योंकि जे किसान फसल उगाउंदा किसी किसान कोले चार पैसे आउंदे तां सारा सर्कल घुम्मदा तां सारे दुकानदार ते होर जिन्ने व्यापारी कोई होर दूजे तीजे लोग ने किसान दे पैरों सारे रजदे ने सारे किसान दे पैरों हर एक बंदे दा घर चलदा क्योंकि किसानी नाल जुड़िया हुआ साडा सूबा है। धन्यवाद। वाहेगुरू जी का खालसा वाहेगुरू जी की फतह।